मक्तले इश्क के अंदाज निराले हैं बहुत, दिल भी कातिल को दिया करते हैं सर भेंट करने से पहले। इत्थे दिल पेट पहला कीता जांदा है और सिर बाद विच दित्ता जांदा है। बाबा दीप सिंह जी जिन्हां दा शहीदी दिन और जिन्हां दा जन्मदिन भी इसे हफ्ते दे विच मनाया जा रहा है। बाबा दीप सिंह जी दा जन्म 27 जनवरी 1762 नूं 65 नूं माता जीवनी और भगत संधु जी दे घर विखे होया। 12 साल दी उम्र दे विच उन्हां ने साहिब श्री गुरु गोबिंद सिंह जी दे कोल हाजिर होए और आनंदपुर साहब दे विच अमृत दी दात प्राप्त कीती। उस तो बाद उत्थे ही रह गए, उत्थे ही विद्या लई, सारा कुछ उत्थे ही हासिल कीता। भाई साहब भाई मनी सिंह जी आप दे नाल सन और आप दे सहपाठी सन भाई राम कोयर सिंह जी, जिन्हां ने बाद विच दिल्ली विच जा के सिखां नूं गुरु दीआं कहानियां गुरु दीआं वार्तावां सुनाया करदे सन। उह वी इक महान अजीम शख्सियत सी। सो बाबा जी नूं जिहड़ी संगत प्राप्त होई उह वी कमाल दी सी, बख्शिश साहिबां दी और संगत भी उस बख्शिश दे नाल जो प्राप्त होई। बाबा जी उस तो बाद दमदमा साहब दे विच आ गए, जिथे 48 सिखां नूं साहिब श्री गुरु गोबिंद सिंह साहिब ने साहिब श्री गुरु ग्रंथ साहिब जी दी ਉਹ ਭਾਵਾਰਥ ਟੀਕਾ, ਉਹ ਜਿਹੜਾ ਖੁਦ ਉਹਨਾਂ ਨੇ ਗੁਰੂ ਕਲਗੀਧਰ ਪਿਤਾ ਨੇ ਜੋ ਸਰਵਣ ਕਰਾਇਆ, ਆਪ ਉਹਨਾਂ ਦੇ ਵਿੱਚੋਂ ਇੱਕ ਸਿੰਘ ਸਨ ਜਿਨ੍ਹਾਂ ਨੇ ਉਹ ਗ੍ਰਹਿਣ ਕੀਤਾ। ਬਾਬਾ ਜੀ ਦੀ ਵਿਦਵਤਾ ਔਰ ਬਾਬਾ ਦੀਪ ਸਿੰਘ ਜੀ ਦੀ ਲਿਆਕਤ, ਉਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਬੀੜਾਂ ਤਿਆਰ ਕੀਤੀਆਂ ਔਰ ਉਹ ਤਿਆਰ ਕਰਕੇ ਉਸ ਦੇ ਨਾਲ ਹੀ ਆਪ ਕਰਤਾਰਪੁਰ ਸਾਹਿਬ ਜਾਂਦੇ ਰਹੇ। ਕਰਤਾਰਪੁਰ ਦੁਆਬਾ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਬੀੜ ਉੱਥੇ ਬਿਰਾਜਮਾਨ ਸੀ, ਆਪ ਨੇ ਉਸ ਦੇ ਨਾਲ ਸੁਧਾਈ ਕੀਤੀ ਔਰ ਉੱਥੇ ਕਰਤਾਰਪੁਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦੀ ਸੇਵਾ ਦੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਜ਼ਿੰਮੇ ਲਈ। ਬਾਬਾ ਜੀ ਨੇ ਅਰਬੀ ਅੱਖਰਾਂ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ। ਇਤਨਾ ਹੀ ਨਹੀਂ, ਜੋ 4 ਤਖ਼ਤ ਸਨ ਉਸ ਵੇਲੇ, ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤਖ਼ਤਾਂ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਪਾਵਨ ਬੀੜਾਂ ਉਹਨਾਂ ਨੇ ਖੁਦ ਪਹੁੰਚਾਈਆਂ। ਐਸੇ ਮਹਾਨ ਸੂਰਬੀਰ, ਐਸੇ ਮਹਾਨ ਵਿਦਵਾਨ, ਪਰ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਸੁਣਿਆ ਕਿ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ, ਉਸਦੇ ਜਰਨੈਲ ਜਹਾਨ ਖਾਨ ਨੇ ਹਮਲਾ ਕੀਤਾ ਹੈ। ਦਰਅਸਲ ਜਦੋਂ ਅਬਦਾਲੀ ਨੇ ਕਈ ਕਈ ਵਾਰ ਹਮਲੇ ਕੀਤੇ, ਉਸਦਾ ਨਿਸ਼ਾਨਾ ਦਿੱਲੀ ਹੁੰਦਾ ਸੀ ਪਰ ਪੰਜਾਬ ਰਾਹ ਵਿੱਚ ਪੈਂਦਾ ਸੀ ਔਰ ਉਸ ਵੇਲੇ ਪੰਜਾਬ ਦੇ ਵਿੱਚ ਸਿੱਖ ਇੱਕ ਐਸੀ ਸਟ੍ਰੈਟਜੀ ਦੇ ਉੱਤੇ ਕੰਮ ਕਰ ਰਹੇ ਸਨ ਕਿ ਅਜਬ ਇੱਕ ਟ੍ਰਾਇੰਗਲ ਸੀ, ਇੱਕ ਤਿਕੋਣੀ ਲੜਾਈ ਸੀ, ਜਿਸ ਲੜਾਈ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ ਕਿ ਮੁਗਲ ਪਠਾਣਾ ਪਈ ਲੜਾਈ, ਇਹ ਮੁਗਲਾਂ ਔਰ ਪਠਾਣਾਂ ਦੀ ਲੜਾਈ ਸੀ
ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਪਾਣੀਪਤ ਦੇ ਮੁਕਾਮ ਦੇ ਉੱਤੇ ਦੋਨੋਂ ਫੌਜਾਂ ਬਾਹਰ ਤੋਂ ਆ ਕੇ ਲੜ ਰਹੀਆਂ ਸਨ ਕਿ ਹਿੰਦੁਸਤਾਨ ਔਰ ਹਿੰਦੁਸਤਾਨੀਆਂ ਦੇ ਉੱਤੇ ਰਾਜ ਕਿਸਨੇ ਕਰਨਾ ਹੈ, ਮੁਗਲਾਂ ਨੇ ਜਾਂ ਪਠਾਣਾਂ ਨੇ। ਤੋ ਜਿਸ ਵੇਲੇ ਮੁਗਲ ਦਿੱਲੀ ਦੇ ਵਿੱਚ ਕਾਬਜ਼ ਸਨ ਪਰ ਪਠਾਣ ਉੱਥੋਂ ਹਮਲਾ ਕਰਦੇ ਸਨ, ਤਾਂ ਸਿੱਖਾਂ ਨੇ ਹੁਣ ਇਹਨਾਂ ਦੇ ਦੋਨੋਂ ਪਾਸੇ ਤੋਂ ਹੀ ਇਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਸੀ। ਤਾਂ ਉਸ ਵੇਲੇ ਸਿੱਖ ਅਬਦਾਲੀ ਦੇ ਰਸਤੇ ਤੋਂ ਇੱਕ ਪਾਸੇ ਹਟ ਗਏ ਔਰ ਉਸ ਅਬਦਾਲੀ ਨੂੰ ਉਹਨਾਂ ਨੂੰ ਉਹਨਾਂ ਨੇ ਦਿੱਲੀ ਜਾਣ ਦਿੱਤਾ। ਸਿੱਖ ਉਸ ਵੇਲੇ ਪੜ੍ਹਿਆ ਕਰਦੇ ਸਨ ਸਤਿਗੁਰੂ ਦਾ ਬਚਨ ਹੈ, ਕਾਬਲ 'ਤੇ ਕੁੱਤਾ ਮੰਗਵਾਓ, ਮੁਗਲੋਂ ਤਾਈਂ ਤੁੜਾਓ, ਦਿੱਲੀ ਤਖ਼ਤ ਉੜਾਓ, ਜਣ 'ਤੇ ਸਿੰਘਨ ਕੋ ਬਿਠਵਾਓ। ਬਾਰ ਬਾਰ ਅਬਦਾਲੀ ਦੇ ਹਮਲਿਆਂ ਕਰਕੇ ਦਿੱਲੀ ਦੀ ਹਕੂਮਤ ਬਹੁਤ ਕਮਜ਼ੋਰ ਪੈ ਗਈ, ਜਿਸ ਨੇ ਸਿੱਖਾਂ ਨੂੰ ਸਿਰ ਚੁੱਕਣ ਦਾ ਮੌਕਾ ਦੇ ਦਿੱਤਾ। ਦਿਲ ਮੁਹੰਮਦ ਪਸਰੂਰੀ, ਜੋ ਉਸ ਵੇਲੇ ਦਾ ਇਤਿਹਾਸਕਾਰ ਹੈ, ਉਸ ਨੇ ਬਹੁਤ ਜ਼ਬਰਦਸਤ ਲਫ਼ਜ਼ਾਂ ਦੇ ਵਿੱਚ ਸਿੱਖਾਂ ਨੂੰ ਕੋਸਿਆ ਹੈ ਕਿ ਐ ਖੁਦਾ, ਇਹਨਾਂ ਲੰਬੇ ਵਾਲਾਂ ਵਾਲੇ ਕੁੱਤਿਆਂ ਦਾ ਸਿਰ ਕੁਚਲ ਦੇ, ਜਿਨ੍ਹਾਂ ਦੇ ਕਰਕੇ ਅਬਦਾਲੀ ਅਬਦਾਲੀ ਨੂੰ ਜਿਹੜਾ ਮੌਕਾ ਮਿਲਿਆ ਹੈ ਔਰ ਉਹਦੇ ਕਰਕੇ ਦਿੱਲੀ ਦੀ ਹਕੂਮਤ ਕਮਜ਼ੋਰ ਹੋ ਗਈ ਔਰ ਇਹਨਾਂ ਸਿੱਖਾਂ ਨੂੰ ਤਾਕਤ ਹਾਸਲ ਹੋ ਗਈ ਹੈ। ਪਰ ਜਿਸ ਵੇਲੇ ਬਾਬਾ ਜੀ ਨੇ ਸੁਣਿਆ ਕਿ ਅਬਦਾਲੀ ਦੀਆਂ ਫੌਜਾਂ ਨੇ ਜਹਾਨ ਖਾਨ ਨੇ ਖਿੱਚ ਕੇ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ, ਤਾਂ ਬਾਬਾ ਜੀ ਦੀ ਉਮਰ ਉਸ ਵੇਲੇ 75 ਸਾਲ ਸੀ। ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦਿਆਂ ਹੋਇਆਂ ਬਾਬਾ ਜੀ ਉਸ ਵੇਲੇ 75 ਸਾਲ ਦੀ ਉਮਰ ਦੇ ਸਨ। ਪਰ ਮੋਹੇ ਮਰਨੇ ਕਾ ਚਾਓ ਹੈ, ਮਰਾਂ ਤਾਂ ਹਰ ਕੇ ਦੁਆਰ, ਇਹ ਜਿਹੜੀ ਉਹਨਾਂ ਦੀ ਭਾਵਨਾ ਸੀ, ਮਰਤਾ ਮਰਤਾ ਜਗਮੂਆ, ਮਰ ਵੀ ਨਾ ਜਾਣੇ ਕੋਏ, ਜਿਹੜੀ ਗੱਲ ਕਲਗੀਧਰ ਪਿਤਾ ਨੇ ਜਿਹੜੀ ਗੱਲ ਕਹੀ ਸੀ, ਹੇ ਰਵ ਹੇ ਸੱਸ ਹੇ ਕਰੁਣਾਨਿਧ, ਮੇਰੀ ਅਭੈ ਬੇਨਤੀ ਸੁਣ ਲੀਜੇ, ਔਰ ਨਾ ਮੰਗਤ ਹੋ ਤੁਮ ਤੇ ਕੱਚਾਹਤ ਹੋ ਚਿਤਮੈ ਸੋਈ ਕੀਜੇ, ਸ਼ਸਤਰਨ ਸਿਓਤ ਹੀਰਣ ਭੀਤਰ ਜੂਝ ਮਰੋ ਤੋ ਸਾਚ ਭਤੀਜੇ। ਇਹ ਜਿਹੜੀ ਅਰਦਾਸ ਸੀ ਇਹ ਬਾਬਾ ਜੀ ਨੇ ਕੀਤੀ, ਉਹ ਮਰਾਂ ਤਾਂ ਹਰ ਕੇ ਦੁਆਰ, ਇਹ ਅਰਦਾਸ ਕਰਕੇ ਜਦੋਂ ਤੁਰੇ ਹਨ ਤਾਂ ਉਹਨਾਂ ਦੇ ਨਾਲ ਕੇਵਲ 8 ਸਿੰਘ ਸਨ, ਜਿਸ ਨੂੰ ਜਦੋਂ ਉਸ ਮਕਸਦ ਲਈ ਤੁਰੇ ਹਨ, ਬਾਬਾ ਜੀ ਦੇ ਨਾਲ ਕੇਵਲ 8 ਸਿੰਘ ਸਨ। ਪਰ ਤੁਰਦਿਆਂ ਹੋਇਆਂ ਰਸਤੇ ਦੇ ਵਿੱਚ ਬਾਬਾ ਜੀ ਉਹਨਾਂ ਦੀ ਵੰਗਾਰ, ਉਹਨਾਂ ਦੀ ਪਾਈ ਹੋਈ ਵੰਗਾਰ, ਉਹਨਾਂ ਵੱਲੋਂ ਖਿੱਚੀ ਹੋਈ ਲਕੀਰ ਇਤਨੀ ਜ਼ਬਰਦਸਤ ਸੀ ਕਿ ਜਿਸ ਨੇ ਗੁਰੂ ਦੇ ਮਾਰਗ ਦੇ ਉੱਤੇ ਤੁਰਨਾ ਹੈ, ਜਿਸ ਨੇ ਗੁਰੂ ਦੇ ਉਸ ਪਾਏ ਹੋਏ ਪਰਚੇ ਨੂੰ ਉਸ ਦੇ ਵਿੱਚ ਸ਼ਾਮਿਲ ਹੋਣਾ ਹੈ, ਉਹ ਇਸ ਲਾਈਨ ਨੂੰ ਕ੍ਰੋਸ ਕਰੋ। ਔਰ ਬਾਬਾ ਜੀ ਦੇ ਨਾਲ 4000 ਸਿੰਘਾਂ ਦਾ ਇੱਕ ਜਥਾ ਤਿਆਰ ਹੋ ਗਿਆ। ਬਾਬਾ ਜੀ ਦੀ ਅਰਦਾਸ ਸੀ ਕਿ ਮੈਂ ਹਰਿਮੰਦਰ ਸਾਹਿਬ ਦੇ ਵਿੱਚ ਆਪਣਾ ਸੀਸ ਪੇਟ ਕਰਾਂ, ਪਰ ਉਸ ਤੋਂ ਅਜੇ 2 ਕੋਸ ਦੀ ਦੂਰੀ 'ਤੇ ਸਨ ਕਿ ਬਾਬਾ ਜੀ ਦਾ ਸੀਸ ਵੱਖ ਹੋ ਗਿਆ। ਇਤਿਹਾਸਕਾਰ ਜੋ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਕਰਿਸ਼ਮਾ ਹੋਇਆ, ਇੱਕ ਸਿੰਘ ਨੇ ਬਾਬਾ ਜੀ ਨੂੰ ਕਿਹਾ ਕਿ ਤੁਹਾਡਾ ਸੀਸ ਤਾਂ ਉੱਥੇ ਗਿਰਨਾ ਸੀ, ਇਹ ਇੱਥੇ ਵੱਖ ਹੋ ਗਿਆ। ਬਾਬਾ ਜੀ ਨੇ ਆਪਣੇ ਸੀਸ ਨੂੰ ਹਥੇਲੀ 'ਤੇ ਰੱਖਿਆ ਔਰ ਵਾਹੋਦਾਹੀ ਹਰਿਮੰਦਰ ਸਾਹਿਬ ਵੱਲ ਚੱਲੇ ਔਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਉਸ ਪਾਵਨ ਸਥਾਨ 'ਤੇ ਉਹਨਾਂ ਦਾ ਸੀਸ ਡਿੱਗਾ। ਜਿਸ ਜਗ੍ਹਾ 'ਤੇ ਉਹਨਾਂ ਦਾ ਤੜ ਡਿੱਗਾ ਉੱਥੇ ਵੀ ਅਸਥਾਨ ਹੈ, ਔਰ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਸੀਸ ਗਿਰਿਆ
ਉਹ ਪਾਵਨ ਜਗ੍ਹਾ ਦੇ ਉੱਤੇ ਸ਼ਹੀਦਗੰਜ ਉਸਾਰਿਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜੀ ਆਪ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ, ਇਹ ਉਹ ਪਾਵਨ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ, ਸ਼ਹੀਦ ਬੁੰਗਾ ਉਸਾਰਿਆ ਗਿਆ ਹੈ। ਇਸ ਤੋਂ ਅਗਲੀ ਜਿਹੜੀ ਤਸਵੀਰ ਹੈ ਉਸ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਹ ਜੋ ਇਬਾਰਤ ਲਿਖੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉਹ ਆਪ ਨਾਲ ਸਾਂਝੀ ਕਰਨੀ ਚਾਹਾਂਗੇ। ਉਹਦੇ ਵਿੱਚ ਲਿਖਿਆ ਹੈ, ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਨ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਦੇ ਨਾਲ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ। 1757 ਵਿੱਚ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਬਜ਼ੁਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਪਕੜ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਦੀ ਪ੍ਰਤਿਗਿਆ ਕਰਕੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਅੱਗੋਂ ਜਹਾਨ ਖਾਨ ਨੇ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੇ ਨਾਲ ਮੋਰਚੇ ਮੱਲੀ ਬੈਠਾ ਸੀ। ਆਂਬੋ ਸਾਹਮਣੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਹਟਵੇਂ ਹੀ ਸਨ ਕਿ ਜਮਾਨ ਖਾਨ ਨਾਲ ਹੋ ਰਹੀ ਹੱਥੋ ਹੱਥੀ ਲੜਾਈ ਵਿੱਚ ਉਹਨਾਂ ਦਾ ਸੀਸ ਕੱਟਿਆ ਗਿਆ। ਪਾਸ ਖੜ੍ਹੇ ਇੱਕ ਸਿੰਘ ਨੇ ਜਦ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਾਇਆ ਤਾਂ ਐਸਾ ਕਰਿਸ਼ਮਾ ਵਾਪਰਿਆ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਬਾਬਾ ਜੀ ਨੇ ਆਪਣਾ ਸੀਸ ਤਲੀ 'ਤੇ ਰੱਖ ਕੇ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫ਼ਾਂ ਵਿੱਚ ਭਾਜਣਾ ਪੈ ਗਈਆਂ। ਇਸ ਤਰ੍ਹਾਂ ਘਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ। ਸੋ ਇਹ ਮਹਾਨ ਕਾਰਨਾਮਾ ਕਰਕੇ ਬਾਬਾ ਜੀ ਦਾ ਜਿਸ ਜਗ੍ਹਾ ਦੇ ਉੱਤੇ ਸੀਸ ਡਿੱਗਾ, 1984 ਦੇ ਵਿੱਚ ਵੀ ਉਸੇ ਸਥਾਨ ਦੇ ਉੱਤੇ ਫੌਜ ਦੇ ਟੈਂਕ ਉਸ ਤੋਂ ਅੱਗੇ ਨਹੀਂ ਵੱਧ ਸਕੇ। ਉਸ ਜਗ੍ਹਾ ਦੇ ਉੱਤੇ ਆ ਕੇ ਉਹ ਟੈਂਕ ਵੀ ਅੜ ਗਏ ਸਨ। ਇਸ ਤੋਂ ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ, ਇਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂਰ ਮੁਖ ਲਾਵਾ। ਇਹ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਹਿਲੀਜ਼ ਹੈ ਜਿੱਥੇ ਨਤਮਸਤਕ ਹੁੰਦੇ ਹਨ। ਪਰ ਨਾਲ ਹੀ ਅਗਲੀ ਤਸਵੀਰ ਵਿੱਚ ਬਾਬਾ ਦੀਪ ਸਿੰਘ ਜੀ ਦੇ ਉਹ ਪਾਵਨ ਸ਼ਹੀਦ ਬੁੰਗਾ ਹੈ ਜਿਸ ਦੇ ਉੱਤੇ, ਜਿਸ ਜਗ੍ਹਾ ਦੇ ਉੱਤੇ ਵੀ ਸੰਗਤਾਂ ਨਤਮਸਤਕ ਹੁੰਦੀਆਂ ਹਨ। ਪਰ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਹਰਿਮੰਦਰ ਸਾਹਿਬ ਦੀ ਰਾਖੀ ਲਈ ਇਸ ਤਰੀਕੇ ਦੇ ਨਾਲ ਸ਼ਹਾਦਤ ਹੋਈ। ਹਰਿਮੰਦਰ ਸਾਹਿਬ ਦੇ ਲਈ ਬਾਬਾ ਦੀਪ ਸਿੰਘ ਜੀ ਨੂੰ ਪੂਰਨੇ ਪਾਏ। ਬਾਅਦ ਵਿੱਚ ਸੁੱਖਾ ਸਿੰਘ, ਮਹਿਤਾਬ ਸਿੰਘ ਨੇ ਵੀ, ਜਿਸ ਤਰ੍ਹਾਂ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਕਿ ਉਹਨਾਂ ਨੇ ਵੀ ਹਰਿਮੰਦਰ ਸਾਹਿਬ ਦੀ ਰਾਖੀ ਦੇ ਲਈ ਅਗਲੀ ਤਸਵੀਰ ਦੇ ਵਿੱਚ ਉਸ ਮੱਸਾ ਰੰਗੜ ਨੂੰ ਸੋਧਿਆ। ਔਰ ਇਸ ਤੋਂ ਅਗਲੀ ਤਸਵੀਰ ਵਿੱਚ ਭਾਈ ਮਹਿਤਾਬ ਸਿੰਘ ਦੀ ਉਹ ਤਸਵੀਰ ਹੈ ਜਿਹੜੀ ਉਹ ਭਾਈ ਮਹਿਤਾਬ ਸਿੰਘ ਜੀ ਦੀ ਸ੍ਰੀ ਸਾਹਿਬ ਹੈ ਜਿਸ ਦੇ ਨਾਲ ਮੱਸਾ ਰੰਗੜ ਨੂੰ ਸੋਧਿਆ ਗਿਆ ਸੀ। ਇਹ ਇਤਿਹਾਸ ਪੁਰਾਣਾ ਜੋ ਹੈ ਉਹ ਪ੍ਰੇਰਣਾ ਦਿੰਦਾ ਹੈ। ਇਸ ਤੋਂ ਬਾਅਦ ਅਸੀਂ 12 ਨੰਬਰ ਤਸਵੀਰ ਜੋ ਹੈ ਆਪ ਨੂੰ ਵਿਖਾਉਣੇ ਚਾਹੁੰਦੇ ਹਾਂ ਕਿ ਬਜ਼ੁਰਗ ਅਵਸਥਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਜੋ ਮਹਾਨ ਸੇਵਾ ਨਿਭਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਬੀੜ, ਜੋ ਬੀੜਾਂ ਤਿਆਰ ਕੀਤੀਆਂ, ਉਹਨਾਂ ਦੇ ਵਿੱਚੋਂ ਇਸ ਵੇਲੇ ਜੋ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ ਜਿਹੜੀ ਪਾਵਨ ਬੀੜ ਹੈ, ਅਸੀਂ ਉਸ ਦੀਆਂ ਕੁਝ ਕੁ ਤਸਵੀਰਾਂ ਆਪ ਜੀ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ। ਬਾਬਾ ਜੀ ਦੇ ਹੱਥ ਦੀ ਲਿਖੀ ਬੀੜ ਜਿਸ ਦੇ ਅੱਖਰ ਮੋਤੀਆਂ ਦੀ ਤਰ੍ਹਾਂ ਪਿਰੋਏ ਹਨ। ਸਿੰਘ ਸਾਹਿਬ ਜਥੇਦਾਰ ਪ੍ਰਤਾਪ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਸ ਪਾਵਨ ਬੀੜ ਨੂੰ ਲੈ ਕੇ ਜਦੋਂ ਜਾਗਰਤੀ ਯਾਤਰਾ ਦੇ ਦੌਰਾਨ ਜਦੋਂ ਆਏ, ਜਿਵੇਂ ਅਗਲੀ ਤਸਵੀਰ ਆਪ 13 ਨੰਬਰ ਵਿੱਚ ਵੇਖ ਰਹੇ ਹੋ, ਇਹ ਲੈ ਕੇ ਆ ਰਹੇ ਹਨ। ਇਸ ਤੋਂ ਅਗਲੀ ਤਸਵੀਰ ਵਿੱਚ ਸੰਗਤਾਂ ਕਿਸ ਹੁਮਾ ਦੇ ਨਾਲ, ਕਿਸ ਸ਼ਰਧਾ ਦੇ ਨਾਲ ਦਰਸ਼ਨ ਕਰ ਰਹੀਆਂ ਹਨ, ਇਸ ਤੋਂ ਅਗਲੀ ਤਸਵੀਰ ਵਿੱਚ ਵੀ, ਔਰ ਇਸ ਤੋਂ ਅਗਲੀ ਤਸਵੀਰ ਵਿੱਚ ਜੋ ਹੈ ਪ੍ਰਕਾਸ਼ ਕੀਤਾ ਹੋਇਆ ਹੈ। ਪਰ ਅਸੀਂ ਆਪ ਜੀ ਨੂੰ ਉਹ ਬੀੜ ਦੇ ਅੱਖਰ ਵਿਖਾਉਣੇ ਚਾਹੁੰਦੇ ਹਾਂ ਕਿ ਜਿਹੜੇ ਬਾਬਾ ਜੀ ਨੇ ਆਪਣੇ ਹੱਥੀਂ ਮੋਤੀਆਂ ਦੀ ਤਰ੍ਹਾਂ ਪਰੋਏ ਹਨ। ਇਸ ਤੋਂ ਅਗਲੀ ਤਸਵੀਰ ਵਿੱਚ ਆਪ ਉਹ ਵੇਖੋਗੇ, ਔਰ ਇਸ ਤੋਂ ਬਾਅਦ ਦੀ ਤਸਵੀਰ ਦੇ ਵਿੱਚ ਵੀ ਇਹ ਬੀੜਾ ਉਸ ਪਾਵਨ ਬੀੜ ਦੇ ਜੋ ਸਰੂਪ ਦੇ ਦਰਸ਼ਨ ਹਨ। 25 ਨੰਬਰ ਤਸਵੀਰ ਦੇ ਵਿੱਚ ਆਪ ਬਾਬਾ ਦੀਪ ਸਿੰਘ ਜੀ ਦੇ ਉਹ ਮਹਾਨ ਸ਼ਸਤਰ, ਜੋ ਖੰਡਾ, ਜੋ ਉਹਨਾਂ ਦਾ ਚੱਕਰ ਹੈ ਬਾਬਾ ਦੀਪ ਸਿੰਘ ਜੀ ਦਾ, ਜੋ ਉਹ ਸੀਸ ਦੇ ਉੱਤੇ ਧਾਰਨ ਕੀਤਾ ਕਰਦੇ ਸਨ। ਔਰ ਇਸ ਤੋਂ ਅਗਲੀ ਤਸਵੀਰ ਦੇ ਵਿੱਚ ਬਾਬਾ ਜੀ ਦੇ ਕੁਝ ਸ਼ਸਤਰ ਹਨ ਜੋ ਆਪਣੇ ਦੁਮਾਲੇ ਦੇ ਉੱਤੇ ਉਹ ਲਗਾਇਆ ਕਰਦੇ ਸਨ। ਅਤੇ ਇਸ ਤਰੀਕੇ ਦੇ ਨਾਲ ਅਗਲੀਆਂ ਦੋ ਤਸਵੀਰਾਂ ਵੀ ਜਿਹੜੀਆਂ ਹਨ ਉਹ ਬਾਬਾ ਦੀਪ ਸਿੰਘ ਜੀ ਦੇ ਉਸ ਮਹਾਨ ਸਾਕੇ ਨੂੰ ਯਾਦ ਕਰਦੀਆਂ ਹਨ। 29 ਨੰਬਰ ਤਸਵੀਰ ਅਸੀਂ ਆਪ ਜੀ ਨੂੰ ਦਿਖਾਉਣੀ ਚਾਹਵਾਂਗੇ, ਪਰ ਇਹ ਤਸਵੀਰ ਦਿਖਾਉਂਦਿਆਂ ਹੋਇਆਂ ਸਾਨੂੰ ਅਫਸੋਸ ਵੀ ਹੈ ਔਰ ਰੰਜਿਸ਼ ਵੀ ਹੈ। ਇਤਿਹਾਸ ਕੌਮਾਂ ਦੀ ਜਾਨ ਹੁੰਦਾ ਹੈ, ਹਰ ਬਾਸ਼ਊਰ ਕੌਮ ਆਪਣਾ ਵਿਰਸਾ ਯਾਦ ਕਰਦੀਆਂ ਹਨ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਹ ਮਹਾਨ ਅਸਥਾਨ ਹੈ ਜਿਸ ਅਸਥਾਨ ਦੇ ਉੱਤੇ ਬਾਬਾ ਜੀ ਦਾ ਸੀਸ ਗਿਰਿਆ ਸੀ। ਅਸੀਂ ਅਗਲੀ ਗੱਲ ਕਰਨ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਅਸੀਂ ਆਪਣੀ ਗੱਲ ਸਮਾਪਤ ਕਰਾਂਗੇ ਔਰ ਆਪ ਦੀਆਂ ਕਾਲਸ ਲਵਾਂਗੇ। ਇੱਕ ਛੋਟਾ ਜਿਹਾ ਬ੍ਰੇਕ। ਇਹ ਬਹੁਤ ਹੀ ਅਹਿਮ ਤਸਵੀਰ ਹੈ ਔਰ ਜਿਹੜੀ ਸਾਡੀ ਅੱਜ ਦੀ ਮੌਜੂਦਾ ਹਾਲਤ ਨੂੰ ਵੀ ਬਿਆਨ ਕਰਦੀ ਹੈ, ਸਾਡੀ ਮੁਫਲਸੀ ਜਾਂ ਸਾਡੀ ਅਣਗਹਿਲੀ ਨੂੰ ਬਿਆਨ ਕਰ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਉਹ ਪਾਵਨ ਅਸਥਾਨ ਜਿਸ ਅਸਥਾਨ ਦੇ ਉੱਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੀਸ ਡਿੱਗਾ, ਡੁੱਲੇ ਜਦ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਕਦੀਰ ਬਦਲਦੀ ਕੌਮਾਂ ਦੀ। ਬਾਬਾ ਦੀਪ ਸਿੰਘ ਜੀ ਨੇ ਮਹਾਨ ਸ਼ਹਾਦਤ ਦਿੱਤੀ ਔਰ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਬਾਅਦ ਤੱਕ ਉਸ ਪ੍ਰਕਰਮਾ ਦੇ ਵਿੱਚ ਉਸ ਪਾਵਨ ਸਥਾਨ 'ਤੇ ਜਿਹੜਾ ਹੈਕਸਾਗਨ ਬਣਿਆ ਸੀ, ਅੱਠ ਕੋਨਾ ਜਿਹੜਾ ਬਣਾਇਆ ਹੋਇਆ ਸੀ, ਕਦੀ ਵੀ ਕਿਸੇ ਨੇ ਉਸ ਜਗ੍ਹਾ ਦੇ ਉੱਤੇ ਪੈਰ ਨਹੀਂ ਸੀ ਰੱਖਿਆ। ਜਿਹੜਾ ਵੀ ਸਿੱਖ, ਜਿਹੜਾ ਵੀ ਸ਼ਰਧਾਲੂ, ਜਿਹੜਾ ਵੀ ਦਰਸ਼ਨਾਰਥੀ ਜਦੋਂ ਉੱਥੋਂ ਲੰਘਦਾ ਸੀ ਤਾਂ ਉਹ ਸ਼ਰਧਾ ਦੇ ਫੁੱਲ ਅਰਪਣ ਕਰਦਾ ਸੀ, ਕੋਈ ਗੁਲਾਬ ਦੀ ਪੰਖੜੀ ਰੱਖ ਦਿੰਦਾ ਸੀ। ਪਰ ਪਤਾ ਨਹੀਂ ਕਿਉਂ ਹੋਇਆ, ਲੱਗਦਾ ਹੈ ਅਸੀਂ ਤਹੱਈਆ ਕੀਤਾ ਹੋਇਆ, ਅਸੀਂ ਆਪਣੀ ਹਰ ਯਾਦ ਮਿਟਾ ਦੇਣੀ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਸਥਾਨ ਦਾ ਉਹ ਚਿੰਨ ਉਹ ਮਿਟਾ ਦਿੱਤਾ ਗਿਆ ਹੈ। ਕਿਸ ਲਈ? ਕਿ ਅਸੀਂ ਜ਼ਿਆਦਾ ਸਿਆਣੇ ਹੋ ਗਏ? ਜੇਕਰ ਇਹ ਕਿਹਾ ਜਾਏ
ਉਸ ਦਾ ਕੋਈ ਸਬੂਤ ਨਹੀਂ ਸੀ ਕਿ ਉਸ ਜਗ੍ਹਾ ਦੇ ਉੱਤੇ ਹੀ ਬਾਬਾ ਜੀ ਦਾ ਸੀਸ ਗਿਰਿਆ। ਅਤੇ ਜੇ 250 ਸਾਲ ਤੋਂ ਅਗਰ ਕੌਮ ਦਾ ਵਿਸ਼ਵਾਸ ਸੀ ਤਾਂ ਫਿਰ ਸਾਨੂੰ ਕੋਈ ਵੀ ਚੀਜ਼ ਬਾਕੀ ਨਹੀਂ ਬਚਾਉਣੀ ਪਏਗੀ। ਅੱਜ ਦਾ ਇਹ ਪ੍ਰੋਗਰਾਮ ਦਿੰਦਿਆਂ ਇੱਕ ਅਪੀਲ ਹੈ, ਇੱਕ ਜੋਦੜੀ ਹੈ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ 250 ਸਾਲ ਨੂੰ ਤੱਕ ਉਹ ਜਿਹੜੀ ਜਗ੍ਹਾ ਨੂੰ ਸਾਂਭ ਕੇ ਰੱਖਿਆ, ਜਿਹਦੇ 'ਤੇ ਕਦੀ ਪੈਰ ਨਹੀਂ ਰੱਖੇ, ਉਹ ਉਸਨੂੰ ਮੁੜ ਉਸਨੂੰ ਸਾਂਭਿਆ ਜਾਏ ਔਰ ਉਸ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਪਹਿਲੇ ਉਹ ਨਿਸ਼ਾਨ ਸੀ ਉਹਨਾਂ ਨੂੰ ਕਾਇਮ ਕੀਤਾ ਜਾਏ। ਇਸ ਤੋਂ ਅਗਲੀ ਹੋਰ ਵੀ ਤਰਾਸਦੀ ਹੈ, ਉਹ ਤਸਵੀਰ ਦਿਖਾਉਣ ਤੋਂ ਪਹਿਲੇ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਔਰ ਅਫਸੋਸ ਨਾਲ ਕਹਿਣੀ ਚਾਹੁੰਦੇ ਹਾਂ ਕਿ ਜੇਕਰ ਕਹਿ ਲਿਆ ਜਾਏ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਔਰ ਬਾਬਾ ਬੰਦਾ ਬਹਾਦਰ ਇਹ ਮਹਾਨ ਯੋਧੇ ਸਨ, ਇਹ ਮਹਾਨ ਸਿੱਖ ਸਨ ਜਿਹੜੇ ਸਿੱਖੀ ਦੇ ਥੰਮ ਸਨ। ਬਾਬਾ ਦੀਪ ਸਿੰਘ ਜੀ ਔਰ ਭਾਈ ਮਨੀ ਸਿੰਘ ਜੀ ਜਿਹਨਾਂ ਦੋਨਾਂ ਨੇ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਤਿਆਰ ਕੀਤੀਆਂ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਿਸ ਢੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਇਕੱਤਰ ਕੀਤੀ ਔਰ ਉਹ ਮਹਾਨ ਸੇਵਾ ਪੰਥ ਦੀ ਕੀਤੀ, ਪਰ ਲੱਗਦਾ ਹੈ ਕਿ ਜਿਹੜੇ ਹਮਲਾਵਰ ਹਨ ਜੇ ਸਰੀਰ 'ਤੇ ਹਮਲਾ ਨਹੀਂ ਕਰਦੇ ਤਾਂ ਉਹਨਾਂ ਮਹਾਨ ਸ਼ਖਸੀਅਤਾਂ ਦੇ ਉੱਤੇ ਵੀ ਹਮਲੇ ਕਰ ਦਿੱਤੇ ਜਾਣ। ਇਸ ਤੋਂ ਅਗਲੀ ਤਸਵੀਰ ਆਪ ਵੇਖੋਗੇ, ਇਹ ਸਿੱਖ ਮਿਸ਼ਨਰੀ ਕਾਲਜ ਨੇ ਲੁਧਿਆਣਾ, ਉਹਨਾਂ ਨੇ ਇੱਕ ਇਬਾਰਤ ਲਿਖੀ ਆਪਣੇ ਕਿਤਾਬਚੇ ਦੇ ਵਿੱਚ ਕਿ ਇੱਕ ਗੱਲ ਨਿਸ਼ਚਿਤ ਹੈ ਕਿ ਇਹ ਬੀੜ ਭਾਈ ਬੰਨੀ ਸਿੰਘ ਜੀ ਨੇ 1838 ਤੋਂ ਪਹਿਲਾਂ ਤਿਆਰ ਕੀਤੀ ਜਾ ਚੁੱਕੀ ਸੀ। ਭਾਈ ਮਨੀ ਸਿੰਘ ਜੀ ਦੇ ਮਗਰੋਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਆਦਿ ਨੇ ਹੋਰ ਪ੍ਰਾਪਤ ਸਮੱਗਰੀ ਨੂੰ ਰਲਾ ਕੇ ਆਪਣੀ ਆਪਣੀ ਰੁਚੀ ਅਨੁਸਾਰ ਇਸ ਗ੍ਰੰਥ ਦੇ ਵੱਖ ਵੱਖ ਸੰਸਕਰਣ ਤਿਆਰ ਕੀਤੇ। ਬਾਬਾ ਦੀਪ ਸਿੰਘ ਦੀ ਰੁਚੀ ਕੈਸੀ ਸੀ? ਜਿਸ ਮਹਾਨ ਯੋਧੇ ਨੇ 12 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ 63 ਸਾਲ ਤੱਕ ਉਸ ਸਿੱਖੀ ਨੂੰ ਨਿਭਾਇਆ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਬੀੜਾਂ ਤਿਆਰ ਕੀਤੀਆਂ, ਜਿਹਨਾਂ ਨੇ ਪਹੁੰਚਾਈਆਂ, ਜਿਹਨਾਂ ਨੇ ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ ਔਰ ਆਪਣਾ ਆਪ ਸਰਬੱਸ ਦਾਨ ਕਰ ਦਿੱਤਾ, ਸਰਬੱਸ ਵਾਰ ਦਿੱਤਾ, ਉਹਨਾਂ ਦੇ ਬਾਰੇ ਕਹਿ ਦੇਣਾ ਕਿ ਉਹਨਾਂ ਨੇ ਆਪਣੀ ਰੁਚੀ ਦੇ ਮੁਤਾਬਕ ਇਸ ਵਿੱਚ ਸ਼ਾਮਿਲ ਕੀਤਾ, ਇਹ ਕਿ ਬਾਬਾ ਜੀ ਦੀ ਇਸ ਤੋਂ ਵੱਡੀ ਤੋਹੀਨ ਹੋ ਸਕਦੀ ਹੈ? ਪਰ ਪੰਥ ਜਾਗਰੂਕ ਹੈ, ਪੰਥ ਅਜੇ ਸਮਝ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਦੇ ਉਹਨਾਂ ਦੇ ਰੁਤਬੇ ਨੂੰ ਘਟਾਇਆ ਨਹੀਂ ਜਾ ਸਕਦਾ, ਉਹਨੂੰ ਗੰਧਲਾ ਨਹੀਂ ਕੀਤਾ ਜਾ ਸਕਦਾ। ਭੁਲੇਖਾ ਪਾਉਣ ਦੀ ਇਹ ਕੋਸ਼ਿਸ਼ ਸ਼ੁਰੂ ਤੋਂ ਜਾਰੀ ਸੀ ਪਰ ਉਸਦੇ ਰੂਪ ਬਦਲਦੇ ਗਏ। ਸੋ ਬਾਬਾ ਜੀ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਦੇ ਜਨਮ ਦਿਨ ਔਰ ਉਹਨਾਂ ਦੇ ਸ਼ਹੀਦੀ ਦਿਨ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਆਪ ਦੀਆਂ ਕਾਲਸ ਲਵਾਂਗੇ। ਹੈਲੋ, ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਹਾਂਜੀ, ਹੈਲੋ, ਹਾਂਜੀ, ਹਾਂਜੀ ਬੋਲੋ ਵੀਰ ਜੀ, ਤੁਸੀਂ ਯੂ ਆਰ ਆਨਲਾਈਨ। ਹਾਂਜੀ, ਸੁਦੀਪ ਸਿੰਘ ਬੋਲ ਰਿਹਾ, ਸਮੀਪ ਸਿੰਘ ਗੁਮਟਾਲਾ, ਡੇਟਨ ਓਹਾਇਓ ਤੋਂ। ਹਾਂਜੀ, ਮੈਂ ਜੀ ਇਹ ਕਹਿਣਾ ਚਾਹਾਂਗਾ ਕਿ ਅਸੀਂ ਤੇ ਸਾਡਾ ਜਿਹੜਾ ਘਰ ਸੀ ਨਾਲੇ ਹਾਲੇ ਵੀ ਸੁਲਤਾਨਪੁਰ ਰੋਡ ਤੇ ਸ਼ਹੀਦਾਂ ਸਾਹਿਬ ਦੇ ਬਿਲਕੁਲ ਨਾਲ ਹੈ। ਹਾਂਜੀ, ਤੇ ਛੋਟੇ ਹੋਣ ਤੋਂ ਹੀ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਗੁਰਦੁਆਰੇ ਜਾਂਦੇ ਰਹੇ ਆ। ਜੀ ਜੀ, ਤੇ 2-3 ਸਾਲ ਤੋਂ ਮੈਂ ਗੁਰਪੁਰਬ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ, ਬਾਬਾ ਜੀ ਦਾ ਖੰਡਾ ਦੇ ਦਰਸ਼ਨ ਕਰਨ ਦਾ ਮੈਂ ਕੀਤੇ ਨੇ। ਹਾਂਜੀ 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 ਹਾਂਜੀ,
ਕੋਲ ਫੋਟੋਗ੍ਰਾਫੀ ਹੈਗੀ ਉਹ ਤੁਸੀਂ ਦਿਖਾਈ ਨਹੀਂ ਵੈਸੇ, ਤੁਸੀਂ ਸਾਨੂੰ ਭੇਜ ਦਿਓ, ਅਸੀਂ ਜ਼ਰੂਰ ਦਿਖਾਵਾਂਗੇ, ਅਗਲੀ ਵਾਰੀ ਦਿਖਾ ਦਿਆਂਗੇ, ਤੁਸੀਂ ਸਾਨੂੰ ਜ਼ਰੂਰ ਭੇਜ ਦਿਓ। ਹਾਂਜੀ, ਤੇ ਦੂਜੀ ਜਿਹੜੀ ਗੱਲ ਤੁਸੀਂ ਕਹੀ ਕਿ ਜਿਹੜੀ ਪ੍ਰਕਰਮਾ ਵਿੱਚ ਜੋ ਉੱਥੇ ਹੈਕਸਾਗਨ ਬਣਿਆ ਸੀ, ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਅਸੀਂ ਜਾਂਦੇ ਸੀ ਤੇ ਉਹ ਹੁਣ ਮੇਰੇ ਮੈਨੂੰ ਕਾਫੀ ਸਾਲ ਹੋ ਗਏ ਇੱਥੇ, ਪਰ ਮੇਰੇ ਧਿਆਨ 'ਚ ਨਹੀਂ ਆਇਆ। ਅਸੀਂ ਆਪ ਜੀ ਨੂੰ ਤਸਵੀਰ ਦਿਖਾਈ ਹੈ ਉਹ ਹੈਕਸਾਗਨ ਦੀ, ਤੇ ਕੋਸ਼ਿਸ਼ ਕਰੋ ਕਿ ਉਹਨੂੰ ਰਿਵਾਈਵ ਕੀਤਾ ਜਾਏ, ਕਿਉਂਕਿ ਇਹ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਪ੍ਰੇਰਣਾ ਸਰੋਤ ਹਨ, ਇਹ ਛੋਟੇ ਛੋਟੇ ਆਈਕਨਸ ਹਨ, ਤੇ ਜੇ ਅਗਰ ਇਸ ਨੂੰ ਅਸੀਂ ਕੋਈ ਕਾਨੂੰਨੀ ਦਸਤਾਵੇਜ਼ਾਂ ਦੇ ਰਾਹੀਂ ਅਗਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਮੁਸ਼ਕਿਲ ਹੋ ਜਾਏਗੀ। ਹਾਂਜੀ, ਮੈਂ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਨੂੰ ਲਿਖਾਂਗਾ, ਕਿਉਂਕਿ ਸਾਡੇ ਅਸੀਂ ਕਾਫੀ ਐਸਜੀਪੀਸੀ ਦੇ ਲਾਗੇ ਰਹਿੰਦੇ ਨੇ। ਮੈਨੂੰ ਪਤਾ ਹੈ, ਮੈਨੂੰ ਪਤਾ ਹੈ। ਫੋਰਚੂਨੇਟਲੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਬਾਬਾ ਟਾਲ ਗੁਰਦੁਆਰਾ ਸੀ ਨਾਲ, ਉੱਥੇ ਇਹਨਾਂ ਨੇ ਬਾਥਰੂਮ ਦੀਆਂ ਟਾਈਲਾਂ ਲਾ ਕੇ ਉੱਥੇ ਸਾਰੀ ਮੀਨਾਕਾਰੀ ਨੂੰ ਥੱਲੇ ਖਰਾਬ ਕਰ ਦਿੱਤਾ। ਮੈਂ ਇਹੋ ਚਾਹਾਂਗਾ ਕਿ ਜਦੋਂ ਹਿਸਟਰੀ ਪੜ੍ਹਦੇ ਹਾਂ, ਅੰਗਰੇਜ਼ਾਂ ਨੇ ਕਹਿੰਦੇ ਨੇ ਸਿੱਖਾਂ ਦਾ ਇਹ ਮਿਟਾਉਣਾ ਚਾਹਿਆ, ਬਾਅਦ ਚੋਂ ਇਹ ਮਿਟਾਉਣਾ ਚਾਹਿਆ। ਨਹੀਂ ਨਹੀਂ, ਸਾਡੇ ਹੁੰਦਿਆਂ ਕਿਸੇ ਹੋਰ ਨੂੰ ਲੋੜ ਨਹੀਂ, ਅਸੀਂ ਆਪ ਹੀ ਕਾਫੀ ਸਮਰੱਥ ਹਾਂ ਆਪਣੀ ਚੀਜ਼ਾਂ ਮਿਟਾਉਣ ਦੇ। ਹਾਂਜੀ, ਸੋ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ ਤੁਹਾਡੀ, ਸ਼ੁਕਰੀਆ, ਥੈਂਕ ਯੂ। ਹੈਲੋ ਵੀਰ ਜੀ, ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਲਿਆ ਜੀ, ਆਪ ਟੀਵੀ ਦੀ ਆਵਾਜ਼ ਬੰਦ ਕਰਕੇ ਬੋਲੋ, ਹੁਕਮ ਕਰੋ, ਤੁਹਾਡੀ ਆਵਾਜ਼ ਆ ਰਹੀ ਹੈ। ਹੈਲੋ ਵੀਰ ਜੀ, ਦਾਸ ਜਸਵੰਤ ਸਿੰਘ ਬੋਲ ਰਿਹਾ ਜੀ, ਗੁਰਦੁਆਰਾ ਸਾਹਿਬ ਡਾਕਟਰ ਫੋਰਟ ਫਿਲਰ ਨਿਊਜਰਸੀ ਤੋਂ। ਹਾਂਜੀ ਹਾਂਜੀ, ਹੁਕਮ ਕਰੋ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਆਪ ਦੱਸ ਰਹੇ ਸੀ ਨਾ ਕਿ ਉਹ ਪ੍ਰਕਰਮਾ ਤੋਂ ਨਿਸ਼ਾਨੀ ਜਿਹੜੀ ਆ ਉਹ ਪਾਸੇ ਹਟਾ ਦਿੱਤੀ ਗਈ ਹੈ ਨਾ ਜੀ, ਬਾਬਾ ਦੀਪ ਸਿੰਘ ਜੀ ਦੀ ਜੀ, ਤੇ ਮੈਂ ਵੀ ਹੁਣੇ ਇੰਡੀਆ ਤੋਂ ਕੋਈ 2-2.5 ਮਹੀਨੇ ਪਹਿਲਾਂ ਆਇਆ ਵਾਂ। ਹਾਂਜੀ, ਤੇ ਉੱਥੇ ਮੈਂ ਆਪ ਦੇਖ ਕੇ ਆਇਆ ਵਾਂ ਹੋਰ ਕਈ ਨਿਸ਼ਾਨੀਆਂ ਜਿਹੜੀਆਂ ਨੇ ਮਿਟ ਰਹੀਆਂ ਨੇ ਔਰ ਮਿਟਾਈਆਂ ਜਾ ਰਹੀਆਂ ਨੇ। ਹਾਂਜੀ ਹਾਂਜੀ, ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਹੀ ਵਡਾਲੀ ਦੇ ਨੇੜੇ ਇੱਕ ਪਿੰਡ ਹੈ ਜਿੱਥੇ ਬੋੜੀ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ, ਗੁਰਦੁਆਰਾ ਸਾਹਿਬ ਤੇ ਬਣਾ ਦਿੱਤਾ, ਪਰ ਜਿਹੜੀ ਬੇੜੀ ਨਾਲ ਸਤਿਗੁਰੂ ਜੀ ਆਪਣੀ ਘੋੜੀ ਜਾਂ ਘੋੜਾ ਬੰਨਦੇ ਸੀ ਨਾ, ਉਹ ਵੱਢ ਕੇ ਤੇ ਬਾਲਣ ਵਾਂਗੂ ਢੇਰੀ ਕੀਤੀ ਹੋਈ ਹੈ, ਮੈਂ ਆਪ ਵੇਖ ਕੇ ਆਇਆ। ਮੈਂ ਵਡਾਲੀ ਗਿਆ ਜਿੱਥੇ ਗੁਰੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਸਮੇਂ 6 ਹਰਟਾ ਖੂਹ ਤਿਆਰ ਕਰਵਾਇਆ ਸੀ ਜੀ। ਹਾਂ, ਉਹ ਖੂਹ ਵੀ ਜਿਹੜਾ ਹੈ ਮੈਂ ਵੇਖ ਕੇ ਆਇਆ, ਬਜ਼ੁਰਗਾਂ ਤੋਂ ਪੁੱਛਿਆ ਕਿ ਉਹ 20-25 ਫੁੱਟ ਚੌੜਾ ਹੈ, ਪਰ ਮੌਜੂਦਾ ਸੇਵਾ ਕਰਨ ਵਾਲਿਆਂ ਨੇ ਉਸ ਖੂਹ ਨੂੰ ਪੂਰ ਕੇ ਉਹਦੇ ਵਿੱਚ ਇੱਕ ਛੋਟਾ ਜਿਹਾ ਖੂਹ ਆਪਣੇ ਤੌਰ ਤੇ ਬਣਾ ਦਿੱਤਾ, ਤੇ ਜਿਹੜੀਆਂ ਗੁਰੂ ਜੀ ਦੀਆਂ ਹੱਥੀਂ ਲਾਈਆਂ ਹੋਈਆਂ ਖੂਹ ਦੀਆਂ ਟਿੰਡਾਂ ਸੀ ਉਹ ਸਾਰੀਆਂ ਖੁਰਦ ਬੁਰਦ ਕਰ ਦਿੱਤੀਆਂ, ਜਿਨ੍ਹਾਂ ਵਿੱਚ ਇੱਕ ਟਿੰਡ ਮੈਂ ਖੁਦ ਆਪ ਉੱਥੇ ਪਤਾਸੇ ਬਣਾਉਣ ਵਾਲੇ ਵੀਰ ਜੀ ਕੋਲ ਵੇਖ ਕੇ ਆਇਆ। ਮੈਂ ਤੁਹਾਡੀ ਗੱਲ ਨਾਲ ਮੈਂ ਸਿਰਫ ਇੰਨੀ ਗੱਲ ਦੱਸਣੀ ਚਾਹਾਂਗਾ, ਬਰਲਨ ਦੀ ਦੀਵਾਰ ਢਾਈ ਗਈ, ਕੋਈ ਬਹੁਤੀ ਇਤਿਹਾਸਕ ਜਾਂ ਉਹਦੀ ਕੋਈ ਮਹੱਤਤਾ ਨਹੀਂ ਹੈ, ਪਰ ਉਹਨਾਂ ਨੇ ਉਹਨੂੰ ਲੈਮੀਨੇਟ ਕਰਾ ਕੇ ਰੱਖ ਲਿਆ। ਜੇਕਰ ਇਹ 9/11 ਦਾ ਇੱਥੇ ਵਰਲਡ ਟ੍ਰੇਡ ਸੈਂਟਰ ਦਾ ਜਿਹੜਾ ਸਾਕਾ ਹੋਇਆ, ਉਹਨਾਂ ਨੇ ਉਸਦੇ ਮਲਬੇ ਨੂੰ, ਉਸ ਲੋਹੇ ਨੂੰ ਉਹਨਾਂ ਨੇ ਇੱਕ ਉਹਦਾ ਨੇਵੀ ਦਾ ਸ਼ਿਪ ਤਿਆਰ ਕਰਕੇ ਉਹਨੂੰ ਸਾਂਭ ਲਿਆ, ਪਰ ਅਸੀਂ ਜਿਸ ਨੂੰ ਕਹਿ ਲਿਆ ਜਾਏ ਕਿ ਅਫਸੋਸ ਔਰ ਸ਼ਰਮ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਹ ਪਾਵਨ ਸਥਾਨ ਨੂੰ ਅਸੀਂ ਮਲਬਾ ਕਹਿ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ, ਜਿਸ ਦੇ ਬਾਰੇ ਅਗਰ ਕਿਹਾ ਜਾਏ ਅਕਬਰ ਅਲਾਬਾਦੀ ਨੇ ਕਿਹਾ ਸੀ, ਜੋ ਬਾਤ ਮੁਨਾਸਿਬ ਹੈ ਵੋ ਹਾਸਿਲ ਨਹੀਂ ਕਰਤੇ, ਜੋ ਆਪਣੀ ਗਿਰੇ ਮੈਂ ਉਸੇ ਖੋ ਵੀ ਰਹੇ ਹੈ, ਬੇਇਲਮ ਵੀ ਹਮ ਲੋਗ ਹੈ, ਗਫਲਤ ਵੀ ਹੈ ਤਾਰੀ, ਅਫਸੋਸ ਕਿ ਅੰਧੇ ਵੀ ਹੈ ਔਰ ਸੋ ਵੀ ਰਹੇ ਹੈ। ਪਰ ਗੱਲ ਇਹ ਹੈ, ਸਿਰਫ ਕਹਿ ਦੇਣ ਨਾਲ ਨਹੀਂ ਹੋਏਗਾ, ਜੇ ਕੁਛ ਕਰ ਸਕਦੇ ਹੋ ਤਾਂ ਕਰੋ, ਨਹੀਂ ਤਾਂ ਫਿਰ ਆਉਣ ਵਾਲੀਆਂ ਨਸਲਾਂ ਨੇ ਕਦੀ ਮਾਫ ਨਹੀਂ ਕਰਨਾ। ਔਰ ਜੇ ਸਾਡੇ ਲੀਡਰ ਸਾਡੇ ਉਹਨਾਂ ਦੇ ਕੋਲ ਸ਼ਾਇਦ ਹੋਰ ਕੰਮਾਂ ਤੋਂ ਕੋਈ ਫੁਰਸਤ ਨਹੀਂ ਹੈ, ਪਰ ਜੇ ਕਿਸੇ ਢੰਗ ਦੇ ਨਾਲ ਇੱਥੋਂ ਉਹਨਾਂ ਦਾ ਸਨਮਾਨ ਕਰੋ,
ਪਰ ਘੱਟੋ ਘੱਟ ਇਸ ਲਈ ਕੋਈ ਪ੍ਰੋਗਰਾਮ ਉਲੀਕੋ, ਹੋਰ ਦੇ ਸਾਰੇ ਫਜ਼ੂਲ ਦੇ ਮਸਲਿਆਂ ਦੇ ਵਿੱਚ ਜਿਹੜਾ ਆਪਣਾ ਪੈਸਾ ਸਮਰੱਥਾ ਔਰ ਤਾਕਤ ਲਗਾਉਣ ਨਾਲੋਂ ਜੇ ਇਸ ਵਿਰਸੇ ਨੂੰ ਸਾਂਭਣ ਲਈ ਕੁਝ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਮਨ ਦੀ ਵੇਦਨਾ ਹੈ, ਜੇ ਗੁਰੂ ਕਿਰਪਾ ਕਰੇ ਸ਼ਾਇਦ ਇਹ ਵੀ ਉਹਦੇ ਭਾਣੇ ਵਿੱਚ ਹੀ ਹੋ ਰਿਹਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਨੇ, ਉਹ ਅਸੀਂ ਅੱਗੇ ਇੱਕ ਪ੍ਰੋਗਰਾਮ ਵੱਖਰਾ ਕੀਤਾ ਸੀ, ਫਿਰ ਅਸੀਂ ਕਰਾਂਗੇ। ਤੁਸੀਂ ਸਾਨੂੰ ਈਮੇਲ ਕਰਕੇ ਵੇਰਵਾ ਭੇਜੋ ਔਰ ਤਸਵੀਰਾਂ ਦੇ ਨਾਲ ਅਸੀਂ ਉਸਨੂੰ ਵੱਖਰੇ ਪ੍ਰੋਗਰਾਮ ਵਿੱਚ ਲਵਾਂਗੇ। ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਹੈਲੋ, ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਮੈਂ ਸੰਗਤ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਸਰ, ਸੰਗਤ ਸਿੰਘ ਜੀ, ਜੀ ਆਇਆਂ ਨੂੰ। ਮੇਰਾ ਮਨ ਬੜਾ ਖੁਸ਼ ਹੋਇਆ ਕਿ ਜਿਹੜਾ ਤੁਸੀਂ ਆ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਾਂਜੀ, ਜੋ ਸਾਨੂੰ ਸਿੱਖਿਆ ਵੀ ਮਿਲ ਰਹੀ ਹੈ, ਸਾਨੂੰ ਬੈਕਗ੍ਰਾਉਂਡ ਦਾ ਵੀ ਪਤਾ ਲੱਗ ਰਿਹਾ ਹੈ। ਹਾਂਜੀ, ਆ ਜਿਹੜੀ ਗੱਲ ਚੱਲ ਰਹੀ ਸੀ ਵੀ ਆਈਕੋਨ ਬਾਰੇ, ਵੀ ਇਹਨੂੰ ਮੱਥਾ ਨਹੀਂ ਹੁਣ ਟੇਕਦੇ, ਕੋਈ ਰਿਸਪੈਕਟ ਨਹੀਂ ਕਰਦੇ। ਹਾਂਜੀ ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਘੱਟ ਕਰਕੇ ਬੋਲੋ। ਅੱਛਾ ਜੀ, ਠੀਕ ਹੈ। ਹਾਂਜੀ, ਟੀਵੀ ਦੀ ਆਵਾਜ਼ ਬੰਦ ਕਰ ਦਿਓ, ਫਿਰ ਆਵਾਜ਼ ਆਏਗੀ, ਨਹੀਂ ਤੇ ਸਾਨੂੰ ਬੰਦ ਕਰਨੀ ਪੈ ਜਾਏਗੀ ਕਾਲ। ਠੀਕ ਹੈ ਜੀ, ਠੀਕ ਹੈ। ਹਾਂਜੀ, ਇਹ ਗੱਲ ਚੱਲ ਰਹੀ ਸੀ ਵੀ ਇਹ ਆਈਕੋਨ ਬਾਰੇ, ਵੀ ਇਥੇ ਹੁਣ ਕੋਈ ਮੱਥਾ ਨਹੀਂ ਟੇਕਦਾ, ਕੋਈ ਰਿਸਪੈਕਟ ਨਹੀਂ ਕਰਦਾ। ਅਸਲ ਵਿੱਚ ਸਮਾਂ ਬਦਲ ਗਿਆ ਹੈ, ਸਾਨੂੰ ਬਜ਼ੁਰਗਾਂ ਦੀ ਕੀ ਲੋੜ ਪਈ ਸੀ? ਹਾਂਜੀ, ਬਜ਼ੁਰਗਾਂ ਦੀ ਕੀ ਲੋੜ ਪਈ ਹੈ? ਸ਼੍ਰੋਮਣੀ ਕਮੇਟੀ ਦੀ ਕੀ ਲੋੜ ਆਈ ਹੈ? ਇਹ ਸਾਨੂੰ ਗਾਈਡਰ ਨੇ, ਸਾਡੇ ਇਹ ਸਾਨੂੰ ਅੱਗੇ ਤੋਰਨ ਵਾਸਤੇ। ਜਿੰਨੇ ਚੱਕਰ ਇਹ ਰਿਪੀਟ, ਜਿਸ ਤਰ੍ਹਾਂ ਹੁਣ ਤੁਸੀਂ ਆਪਣੇ ਚੈਨਲ ਦੇ ਰਾਹੀਂ ਲੋਕਾਂ ਨੂੰ ਦੱਸ ਰਹੇ ਹੋ ਜੀ, ਇਹ ਗੱਲ ਸੱਚੀ ਹੈ ਕਿ ਕਾਫੀਆਂ ਨੂੰ ਨਹੀਂ ਪਤਾ ਹੈਗਾ। ਹਾਂਜੀ, ਜੇ ਪਤਾ ਹੈਗਾ ਤੇ ਅਣਗੌਲਿਆ ਕਰਦੇ। ਹਾਂਜੀ, ਮੈਂ ਤੇ ਉਹੀ ਬੇਨਤੀ ਕਰਾਂਗਾ ਕਿ ਇੱਕ ਸੇਵਾ ਤੁਸੀਂ ਕਰਦੇ ਪਏ ਹੋ, ਇਹ ਕਰੀ ਚੱਲੋ, ਤਾਂ ਕਿ ਸਾਨੂੰ ਇਹ ਗੱਲਾਂ ਯਾਦ ਰਹਿਣ ਤੇ ਅਸੀਂ ਉਸ ਇੱਜ਼ਤ ਦੇ ਲਾਇਕ ਬਣੀਏ ਜੀ, ਇੱਜ਼ਤ ਉਹ ਕਰ ਸਕੀਏ। ਬਹੁਤ ਠੀਕ, ਧੰਨਵਾਦ ਤੁਹਾਡਾ, ਬੜੀ ਮਿਹਰਬਾਨੀ, ਸ਼ੁਕਰੀਆ। ਕਮੇਟੀ ਦਾ ਜਿਹੜੇ ਸਾਡੇ ਲੀਡਰ ਨੇ, ਉਹਨਾਂ ਦਾ ਵੀ ਕੁਝ ਫਰਜ਼ ਬਣਦਾ ਕਿ ਉਹ ਵੀ ਥੋੜਾ ਬਾਕਾ ਲੋਕਾਂ ਦਾ ਚਾਨਣਾ ਪਾਉਣ। ਵੀਰ ਜੀ, ਸ਼੍ਰੋਮਣੀ ਕਮੇਟੀ ਨਾਲੋਂ ਇਸ ਵੇਲੇ ਹਰ ਸਿੱਖ ਦਾ ਜੋ ਫਰਜ਼ ਹੈ, ਅਗਰ ਉਹ ਵੀ ਪੂਰਾ ਕਰ ਲਵੇ ਨਾ, ਬੜੀ ਵੱਡੀ ਗੱਲ ਹੋਏਗੀ। ਇਹਦੀ ਗੱਲ ਅਸਲੀਅਤ ਕੀ ਹੈ ਕਿ ਮੈਂ ਸਾਡਾ ਪਿੰਡ ਉੱਥੋਂ ਕੋਈ ਤਕਰੀਬਨ 50 ਕਿਲੋਮੀਟਰ ਦੇ ਤਕਰੀਬਨ ਮਹਾਰਾਜ ਦਰਸ਼ਨ ਕਰਦੇ ਰਹਿੰਦੇ ਹਾਂ। ਹਾਂਜੀ, ਇਹ ਗੱਲ ਸੱਚੀ ਹੈ ਕਿ ਕਾਫੀ ਲੋਕਾਂ ਨੂੰ ਨਹੀਂ ਵੀ ਪਤਾ ਹੈਗਾ। ਹਾਂਜੀ ਹਾਂਜੀ, ਠੀਕ ਹੈ ਜੀ। ਇਹ ਹੁਣ ਸਿਰਫ ਜਿਹੜਾ ਤੁਸੀਂ ਦੱਸ ਰਹੇ ਹੋ, ਜਿੱਦਾਂ ਹੁਣ ਮੈਂ ਇੰਡੀਆ ਜਾ ਰਿਹਾ ਮੈਂ ਅਗਲੇ ਹਫ਼ਤੇ, ਤੇ ਆਪਣੇ ਪਰਿਵਾਰ ਨੂੰ ਦੱਸਾਂਗਾ, ਹੋਰਨਾਂ ਨੂੰ ਵੀ ਦੱਸਾਂਗਾ। ਕਰੋ ਕਰੋ, ਤੁਸੀਂ ਕਰਕੇ ਫਿਰ ਸਾਨੂੰ ਕੋਈ ਚੰਗੀ ਖਬਰ ਲੈ ਕੇ ਆਓ, ਬੜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਬਿਲਕੁਲ ਬਿਲਕੁਲ ਜੀ, ਥੈਂਕ ਯੂ। ਮੈਂ ਜ਼ਰੂਰ ਤੁਸੀਂ ਸੇਵਾ ਜੀ ਠੀਕ ਕਰ ਰਹੇ ਹੋ, ਬੜਾ ਮਨ ਖੁਸ਼ ਹੈ, ਠੀਕ ਹੈ, ਸਹੀ ਦਾ ਹੀ ਪਤਾ ਵੀ ਤਾਂ ਹੀ ਲੱਗਦਾ ਹੈ। ਠੀਕ ਹੈ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਹੈਲੋ ਹੈਲੋ, ਨੰਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਕੁਲਤਾਰ ਸਿੰਘ ਮੁਲਤਾਨੀ ਐਡਵੋਕੇਟ। ਹਾਂਜੀ ਹਾਂਜੀ ਜੀ, ਆਇਆਂ ਨੂੰ ਕਰ ਰਹੇ ਜੀ। ਜੀ ਆਇਆਂ ਨੂੰ ਮੁਲਤਾਨੀ ਸਾਹਿਬ ਜੀ, ਬਹੁਤ ਇੱਕ ਵਧੀਆ ਤੁਸੀਂ ਟੌਪਿਕ ਹੈ ਜਿਹੜਾ ਲੈ ਕੇ ਆਏ ਹੋ ਜੀ। ਤੁਸੀਂ ਫਰਮਾਇਆ ਸੀ ਕਿ ਜੰਨੀ ਜਣੇ ਤਾਂ ਭਗਤ ਜਾਨ ਕੇ ਦਾ ਤਾਂ ਕੇ ਸੂਰ ਜੀ, ਨਹੀਂ ਤਾਂ ਜੰਨੀ ਬਾਜਰੇ ਕਾਹੇ ਗਵਾਵੇ ਨੂਰ ਜੀ ਜੀ। ਕਿਉਂਕਿ ਉਹ ਅਰਬੀ ਫਿਲਾਸਫਰ ਜਾਂ ਦੂਜੇ ਨੇ, ਉਹਨਾਂ ਨੇ ਆਪਣੀ ਮਤ ਅਨੁਸਾਰ ਜਾਂ ਜਿੱਦਾਂ ਵੀ ਉਹਨਾਂ ਨੇ ਇਹਨੂੰ ਕੀਤਾ ਹੈ, ਪਰ ਸਾਡੇ ਗੁਰਮਤਿ ਚ ਜੀ, ਕਿਉਂਕਿ ਸਾਡਾ ਸੇਵਾਦਾਰ ਹੈ, ਨਾਲ ਹੀ ਉਹ ਸੂਰਮਾ ਹੈ ਤੇ ਨਾਲ ਹੀ ਉਹ ਦਾਤਾ ਹੈ। ਹਾਂਜੀ ਹਾਂਜੀ, ਇੱਕ ਹੋਰ ਬੇਨਤੀ ਕਰਾਂ, ਜਿੱਦਾਂ ਤੁਸੀਂ ਦੱਸਿਆ ਹੈ ਨਾ ਜੀ, ਵੀ 48 ਸਿੰਘਾਂ ਨੇ ਜਦੋਂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਲਈ ਸੀ, ਸੰਥਿਆ ਲਈ ਜੀ, ਤਾਂ ਉਹਨਾਂ ਦੇ ਵਿੱਚ ਭਾਈ ਮਨੀ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਜੀ ਵੀ ਸਨ
ਜੀ, ਕਿਉਂਕਿ ਉਹ ਸਾਰੇ ਵਿਦੇ ਮੁਕਤ ਹੋ ਗਏ ਤੇ ਇਹ ਵੀ ਨਾਲ ਚੱਲੇ। ਹਾਂਜੀ, ਜਾਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕਿਹਾ ਵੀ ਗੁਰੂ ਦਿਓ ਸਿੱਖੋ, ਤੁਹਾਡੇ ਕੋਲੋਂ ਤਾਂ ਅਸੀਂ ਬੜੀ ਸੇਵਾ ਲੈਣੀ ਹੈ। ਹਾਂਜੀ, ਉਹਨਾਂ ਦਾ ਇਹ ਅੱਗੂ ਸੀ ਜਵਾਬ ਕਿ ਸਾਡਾ ਪਾਤਸ਼ਾਹ ਵੀ ਆਨੰਦ ਬੜਾ ਬਣਿਆ ਹੋਇਆ ਹੈ ਤੇ ਜੇ ਅਸੀਂ ਰਵਾਂਗੇ ਤੇ ਅਧਿਆਤਮਿਕ ਤੌਰ ਤੇ ਉਹ ਜਿਹੜਾ ਸਾਡਾ ਆਨੰਦ ਹੈ ਉਹ ਖਤਮ ਹੋ ਜਾਏਗਾ। ਜੀ ਜੀ, ਤੇ ਸਾਡੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਉਹਨਾਂ ਨੂੰ ਕਿਹਾ ਸੀ ਤੇ ਤੁਸੀਂ ਕੋਈ ਵੀ ਕੰਮ ਕਰੋਗੇ ਚਾਹੇ ਤੁਹਾਡਾ ਸਿਰ ਤਲੀ ਦੇ ਉੱਤੇ ਹੋਏਗਾ ਪਰ ਤੁਹਾਡਾ ਜਿਹੜਾ ਆਨੰਦ ਹੈ ਉਹ ਤੁਹਾਡਾ ਆਨੰਦ ਨਾਲ ਹੀ ਰਹੇਗਾ। ਬਿਲਕੁਲ ਬਿਲਕੁਲ, ਨਾਲ ਹੀ ਭਾਈ ਮਨੀ ਸਿੰਘ ਜੀ ਨੂੰ ਵੀ ਇਹੋ ਹੀ ਕਿਹਾ ਸੀ ਕਿ ਤੁਹਾਡਾ ਚਾਹੇ ਉਹ ਬੰਦ ਬੰਦ ਕੱਟਿਆ ਜਾਏ ਪਰ ਤੁਹਾਡਾ ਆਨੰਦ ਹੈ ਜਿਹੜਾ ਠੀਕ ਹੈ। ਮੁਲਤਾਨੀ ਸਾਹਿਬ, ਅਸੀਂ ਇਜਾਜ਼ਤ ਦਿਓ ਤੇ ਹੋਰ ਕਾਲ ਲੈ ਲਈਏ ਇਸ ਦੇ ਬਾਰੇ ਕੋਈ, ਫਿਰ ਮਿਲਾਂਗੇ। ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਲਾਂਬਾ ਸਾਹਿਬ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਰਣਵੀਰ ਸਿੰਘ ਰਾਣਾ ਬੋਲ ਰਿਹਾ ਜੀ, ਲਾਸ ਏਂਜਲਸ ਤੋਂ। ਹਾਂਜੀ ਰਾਣਾ ਸਾਹਿਬ। ਹਾਂਜੀ, ਇੱਕ ਮੇਰੇ ਦਿਮਾਗ ਚ ਕੁਐਸਚਨ ਆਇਆ ਜਿਹੜਾ ਕਿ ਬਹੁਤ ਦੇਰ ਤੋਂ ਸੀ ਬਾਬਾ ਦੀਪ ਸਿੰਘ ਜੀ ਲਈ। ਜੀ, ਮੈਂ ਪਹਿਲਾਂ ਕੁਐਸਚਨ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਤੋਂ ਤੇ ਸੰਗਤ ਦੇ ਚਰਨਾਂ ਤੋਂ ਮਾਫੀ ਮੰਗ ਰਿਹਾ ਹਾਂ ਕਿ ਜਿਹੜੇ ਉਹਨਾਂ ਦੀ ਸ਼ਹੀਦੀ ਜਿਹੜੀ ਹੋਈ 2 ਮੀਲ ਤੋਂ ਚੱਲ ਕੇ ਹੱਥ ਤੇ ਸਿਰ ਰੱਖ ਕੇ ਸ਼ਹੀਦੀ ਹੋਈ, ਅਸੀਂ ਸਾਰੇ ਜਾਣਦੇ ਮਹਾਨ ਸ਼ਹੀਦੀ ਆ, ਪਰ ਜਿਹੜੀ ਇੱਥੇ ਬੱਚੇ ਪੈਦਾ ਹੁੰਦੇ ਹੋਏ ਆ ਇਹ ਸਾਇੰਟਿਫਿਕ ਤਰੀਕੇ ਨਾਲ ਸੋਚਦੇ ਆ, ਕਈਆਂ ਨੇ ਮੈਨੂੰ ਇਹਦੇ ਬਾਰੇ ਕੁਐਸਚਨ ਕੀਤਾ ਬੱਚਿਆਂ ਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਆ, ਅਸੀਂ ਕਿੱਦਾਂ ਕਨਵਿੰਸ ਕਰਾਈਏ ਆਪਣੀ ਜਿਹੜੀ ਸਿੱਖ ਬੱਚੇ ਇੱਥੇ ਪੈਦਾ ਹੋਏ ਵੈਸਟਰਨ ਕੰਟਰੀ ਚ ਇੰਡੀਆ ਚ ਵੀ ਕਿੱਦਾਂ ਕਨਵਿੰਸ ਕਰਾਈਏ ਕਿ ਏਦਾਂ ਜੀ। ਮੁਅੱਜ਼ਾ ਮੁਅੱਜ਼ਾ ਕਰਾਮਾਤ ਇਸਤਦਰਾਜ ਇਹ ਸਾਰੇ ਧਾਰਮਿਕ ਖੇਤਰ ਦੇ ਵਿੱਚ ਬਹੁਤ ਮੁਅੱਜ਼ੇ ਐਸੇ ਹੁੰਦੇ ਹਨ ਔਰ ਜਿਹੜੇ ਵਾਪਰਦੇ ਹਨ। ਗੁਰੂ ਸਾਹਿਬ ਦੇ ਨਾਲ ਵੀ ਐਸੀਆਂ ਕਈ ਚੀਜ਼ਾਂ ਹੋਈਆਂ ਜਿਹੜਾ ਕੋਈ ਮਕਸਦ ਨਹੀਂ ਹੁੰਦਾ ਉਹਨਾਂ ਨੂੰ ਦੱਸਣ ਦਾ ਜਾਂ ਕਰਨ ਦਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇੱਕੋ ਗੱਲ ਕਹੀ ਸੀ ਉਸ ਵੇਲੇ ਦੇ ਕ੍ਰੋਨੀਕਲਸ ਦੇ ਵਿੱਚ, ਤੁਸੀਂ ਜਾਂ ਇਹ ਕਹਿ ਦਿਓ ਕਿ ਤੁਹਾਨੂੰ ਕਰਾਮਾਤ ਨਹੀਂ ਆਉਂਦੀ, ਅਸੀਂ ਤੁਹਾਨੂੰ ਛੱਡ ਦਿਆਂਗੇ। ਪਰ ਤੁਸੀਂ ਵੇਖੋਗੇ ਜਿਤਨੇ ਉਸ ਵੇਲੇ ਦੇ ਕ੍ਰੋਨੀਕਲਸ ਪਰਸ਼ੀਅਨ ਹਨ, ਗੁਰੂ ਸਾਹਿਬ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਨਹੀਂ ਆਉਂਦੀ, ਔਰ ਨਾਲ ਇਹ ਵੀ ਕਹਿ ਦਿੱਤਾ ਕਿ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਕਈ ਦਫ਼ਾ ਐਸੇ ਕਰਿਸ਼ਮੇ ਵਾਪਰਦੇ ਹਨ, ਜਿਵੇਂ ਇੱਕ ਹੋਰ ਕਰਿਸ਼ਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵਾਪਰਿਆ ਸੀ ਜਦੋਂ ਕਿ ਉਸ ਹਰਿਮੰਦਰ ਸਾਹਿਬ ਨੂੰ ਇੱਕ ਚਰਚ ਵਿੱਚ ਬਣਾਉਣ ਦਾ ਪਲੈਨ ਬਣਾਇਆ ਗਿਆ ਤਾਂ ਇੱਕ ਬਿਜਲੀ ਦਾ ਗੋਲਾ ਸੰਗਤ ਦੇ ਵਿੱਚ ਆ ਕੇ ਫਟਿਆ ਸੀ, ਜਿਸ ਦੀ ਇਬਾਰਤ ਕੋਈ ਬਹੁਤ ਪੁਰਾਣੀ ਨਹੀਂ ਹੈ, ਉਹ ਕਈਆਂ ਦੇ ਸਾਹਮਣੇ ਵਾਪਰੀ ਘਟਨਾ ਸੀ। ਔਰ ਇਹ ਇਤਿਹਾਸ ਤਾਂ ਇਤਨਾ ਨਵਾਂ ਹੈ ਕਿ ਅੱਜ ਵੀ ਜਿਹੜਾ ਹੈ ਉਸਦੇ ਉਸ ਵੇਲੇ ਦੇ ਸਮਕਾਲੀਨ, ਨਾ ਕੇਵਲ ਇਹ, ਅਗਰ ਤੁਸੀਂ ਧਿਆਨ ਨਾਲ ਕਿਸੇ ਵੇਲੇ ਫਿਰ ਮੌਕਾ ਮਿਲਿਆ ਆਪ ਨਾਲ ਸਾਂਝੇ ਕਰਾਂਗੇ, ਜਿਸ ਤਰ੍ਹਾਂ ਅਖਬਾਰੇ ਦਰਬਾਰੇ ਮੁਆਲਾ ਜਿਹੜਾ ਕਿ ਮੁਗਲ ਬਾਦਸ਼ਾਹ ਦੇ ਉਸ ਵੇਲੇ ਦੇ ਕ੍ਰੋਨੀਕਲਸ ਹਨ, ਜਿਹੜੇ ਅਖਬਾਰ ਨਵੀਸ ਹਨ, ਉਹਨਾਂ ਦੇ ਵਿੱਚ ਵੀ ਕਈ ਐਸੀਆਂ ਘਟਨਾਵਾਂ ਦਾ ਜ਼ਿਕਰ ਹੈ। ਔਰ ਇੱਥੇ ਤੱਕ ਉਸ ਮੁਅੱਜ਼ੇ ਦਾ ਜ਼ਿਕਰ ਹੈ ਕਿ ਬਾਬਾ ਬੰਦਾ ਬਹਾਦਰ ਨੂੰ, ਇਹ ਸਰਕਾਰੀ ਰਿਕਾਰਡ ਦੇ ਵਿੱਚ ਲਿਖਿਆ ਹੈ ਕਿ ਬਾਬਾ ਬੰਦਾ ਬਹਾਦਰ ਨੂੰ ਜਿਸ ਵੇਲੇ ਪਿੰਜਰੇ ਦੇ ਵਿੱਚ ਬੰਦ ਕੀਤਾ ਸੀ, ਉਸ ਦੇ ਵਿੱਚ ਇੱਕ ਸਿਪਾਹੀ ਸੀ ਜਿਹੜਾ ਨੰਗੀ ਤਲਵਾਰ ਲੈ ਕੇ ਖੜਾ ਸੀ, ਮਗਰ ਉਸ ਸਿਪਾਹੀ ਨੂੰ ਸੰਗਲ ਦੇ ਨਾਲ ਉਹਦੇ ਪੈਰਾਂ 'ਚ ਸੰਗਲ ਪਾਈ ਸੀ ਕਿ ਭੱਜ ਨਾ ਜਾਏ, ਕਿਉਂਕਿ ਇਹ ਖਦਸ਼ਾ ਸੀ ਕਿ ਬਾਬਾ ਜੀ ਪਿੰਜਰੇ ਵਿੱਚੋਂ ਨਿਕਲ ਜਾਂਦੇ ਹਨ। ਸੋ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਹੜੀਆਂ ਮਿਸਟਿਸਿਜ਼ਮ ਦਾ ਖੇਤਰ ਹਨ, ਉਹਨਾਂ ਦੇ ਉੱਤੇ ਅਸੀਂ ਆਪ ਨਾਲ ਫਿਰ ਕਿਸੇ ਵੇਲੇ ਪੂਰੇ ਵਿਸਥਾਰ ਸਦ ਵਿਚਾਰ ਕਰਾਂਗੇ। ਬਹੁਤ ਬਹੁਤ ਧੰਨਵਾਦ।
ਮਿਹਰਬਾਨੀ। ਹੈਲੋ ਜੀ, ਹੈਲੋ ਹੈਲੋ, ਹਾਂਜੀ ਹਾਂਜੀ, ਮੈਂ ਨਾਮਾ ਸਾਹਿਬ ਨਾਲ ਗੱਲ ਕਰਨੀ। ਹਾਂ ਮੈਂ ਬੋਲ ਰਿਹਾ ਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ, ਮੇਰੇ ਨਾਲ ਗੱਲ ਹੋ ਜਾਏਗੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਐਟਲਾਂਟਾ ਜੋਰਜੋ ਤੋਂ ਬੋਲ ਰਹੀ ਹਾਂ। ਹਾਂਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮਨਿੰਦਰ ਕੌਰ। ਹਾਂਜੀ ਹਾਂਜੀ ਮਨਿੰਦਰ ਜੀ। ਹਾਂਜੀ ਅੰਕਲ ਜੀ, ਮੈਂ ਰੀਅਲੀ ਥੈਂਕਸ ਕਰਦੀ ਹਾਂ ਕਿ ਤੁਸੀਂ ਸਾਨੂੰ ਉਹ ਜਿਹੜਾ ਹਰਿਮੰਦਰ ਸਾਹਿਬ ਬਾਰੇ ਦੱਸਿਆ ਨਾ, ਬਾਬਾ ਦੀਪ ਸਿੰਘ ਜੀ ਦੇ ਆਈਕੋਨ ਬਾਰੇ। ਜੀ ਰੀਅਲੀ ਥੈਂਕ ਯੂ, ਤੁਹਾਡਾ ਬਹੁਤ ਬਹੁਤ ਜ਼ਿਆਦਾ ਕਿ ਸਾਨੂੰ ਉਹਦੇ ਬਾਰੇ ਪਤਾ ਲੱਗਾ। ਅਸੀਂ ਮੈਂ ਹੁਣ ਇਸ ਵਾਰੀ ਗਈ ਸੀ ਤੇ ਮੈਨੂੰ ਜਦੋਂ ਅਸੀਂ ਉੱਥੇ ਗਏ ਤੇ ਹੁਣ ਉੱਥੇ ਉਹ ਨਹੀਂ ਸੀ ਹੈਗੇ ਜਿਹੜੇ ਅੱਗੇ ਹਾਰ ਪਏ ਹੁੰਦੇ ਸੀ ਪਹਿਲਾਂ। ਹਾਂਜੀ ਹਾਂਜੀ ਹਾਂਜੀ, ਤੇ ਅਸੀਂ ਆਲਵੇਜ਼ ਛੋਟੇ ਹੁੰਦੇ ਜਾਂਦੇ ਸੀ ਤੇ ਉੱਥੇ ਆਲਵੇਜ਼ ਨਮਸਕਾਰ ਕਰੀਦੀ ਸੀ, ਮੱਥਾ ਟੇਕੀਦਾ ਸੀ, ਪਰ ਇਸ ਵਾਰੀ ਨਹੀਂ ਸੀ ਹੈਗਾ। ਪਰ ਹੁਣ ਜਦੋਂ ਜਾਵਾਂਗੇ ਤਾਂ ਫਿਰ ਜ਼ਰੂਰ ਅਸੀਂ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਾਂਗੇ ਤੇ ਜ਼ਰੂਰ ਗੱਲ ਵੀ ਕਰਾਂਗੇ ਜੀ। ਸੋ ਯਾ ਤੇ ਅਸੀਂ ਸਿਆਣੇ ਹੋ ਗਏ ਆ ਤੇ ਯਾ ਫਿਰ ਅਸੀਂ ਸਮਝ ਰਹੇ ਹਾਂ ਕਿ ਸਾਡੇ ਬਜ਼ੁਰਗ ਜਿਹੜੇ ਸੀ ਉਹ ਸਾਡੇ ਜਿੰਨੇ ਸਿਆਣੇ ਨਹੀਂ ਸਨ। ਜਿਸ ਨੂੰ ਅਕਬਰ ਅਲਾਬਾਦੀ ਨੇ ਕਿਹਾ ਸੀ, ਹਮ ਐਸੀ ਕਿਤਾਬੇ ਕਾਬਲੇ ਜ਼ਬਤੀ ਸਮਝਤੇ ਹੈ ਕਿ ਜਿਸ ਕੋ ਪੜ੍ਹ ਕੇ ਬੱਚੇ ਬਾਪ ਕੋ ਖਪਤੀ ਸਮਝਤੇ ਹੈ। ਸ਼ਾਇਦ ਸਾਨੂੰ ਆਪਣੇ ਬਜ਼ੁਰਗਾਂ ਦੀ ਸਿਆਣਪ, ਉਹਨਾਂ ਦੀ ਦ੍ਰਿੜਤਾ, ਉਹਨਾਂ ਦੀ ਲਿਆਕਤ ਦੇ ਉੱਤੇ ਸ਼ੱਕ ਪੈ ਰਿਹਾ ਹੈ। ਪਰ ਇੱਕ ਗੱਲ ਕਹਿਣੀ ਚਾਹਾਂਗੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ ਤਾਂ ਰੋਂਦਾ ਬਹੁਤ ਜ਼ਾਰੋ ਜ਼ਾਰ ਰੋ ਰਿਹਾ ਸੀ ਤਾਂ ਹਜ਼ੂਰ ਨੇ ਕਿਹਾ ਕੀ ਹੋਇਆ? ਕਹਿਣ ਲੱਗਾ ਹੱਥੋਂ ਗਾਂ ਮਰ ਗਈ। ਤਾਂ ਹਜ਼ੂਰ ਹੱਸ ਪਏ, ਕਹਿਣ ਲੱਗੇ ਮੈਂ ਸਮਝਿਆ ਸਵੇਰੇ ਸਵੇਰੇ ਕੋਈ ਨਾਸਤਕ ਜਾਂ ਮਨਮੁੱਖ ਮੱਥੇ ਲੱਗ ਗਿਆ ਤਾਂ ਰੋ ਰਿਹਾ ਹੈ, ਪਰ ਹੁਣ ਤਾਂ ਲੱਗਦਾ ਹੈ ਕਿ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਥੈਂਕ ਯੂ ਅੰਕਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਹੈਲੋ ਹੈਲੋ, ਹਾਂਜੀ ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਵੀਰ ਜੀ? ਮੈਂ ਸੁਰਜੀਤ ਸਿੰਘ ਹਿਰਸ਼ਨ ਤੋਂ ਬੋਲ ਰਿਹਾ। ਹਾਂਜੀ ਵੈਲਕਮ ਜੀ, ਇਹਨੂੰ ਤੁਹਾਡਾ ਪ੍ਰੋਗਰਾਮ ਦੇਖਿਆ, ਬਹੁਤ ਇਨਫੋਰਮੇਟਿਵ ਹੈ। ਤੁਸੀਂ ਬੜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ, ਹੋਰ ਇਨਫੋਰਮੇਟਿਵ ਵੱਧ ਹੋ ਜਾਏਗਾ। ਹਾਂ ਜੀ ਜੀ, ਥੈਂਕ ਯੂ। ਹਾਂਜੀ ਹਾਂਜੀ ਦੱਸੋ। ਜਦੋਂ ਬਾਬਾ ਜੀ ਦੇ ਨਾਲ, ਬਾਬਾ ਜੀ ਸਿੰਘ ਦੇ ਨਾਲ ਅੱਠ ਬੰਦੇ ਸਿੰਘ ਨਾਲ ਚੱਲੇ, ਹਾਂਜੀ ਤਰਨ ਤਾਰਨ ਤੋਂ ਅੱਗੇ ਜਾ ਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ, ਗੋਹਲਵੜ ਗੋਹਲਵੜ ਦੇ ਕੋਲ, ਹਾਂਜੀ ਗੋਹਲਵੜ ਤੇ, ਹਾਂਜੀ ਲਕੀਰ ਖਿੱਚੀ ਉਹ ਜਗ੍ਹਾ ਹੈ, ਉੱਥੋਂ 3 ਮੀਲ ਢਾਈ ਤਿੰਨ ਮੀਲ ਹਾਂਜੀ, ਜਿੱਥੇ ਜੀਟੀ ਰੋਡ ਜਿਹੜੀ ਤਰਨ ਤਾਰਨ ਜਾਂਦੀ ਆ, ਹਾਂਜੀ ਉਹਦੇ ਉੱਤੇ ਇੱਕ ਗੁਰਦੁਆਰਾ ਹੈ। ਪਹਿਲਾਂ ਤਾਂ ਲੋਕੀ ਸਮਝਦੇ ਰਹਿੰਦੇ ਸੀ ਬਹੁਤ ਹੀ, ਹਾਂਜੀ ਵੀ ਉਹ ਬਾਬਾ ਦੀਪ ਸਿੰਘ ਦੀ ਜਗ੍ਹਾ ਹੈਗੀ ਹੈ, ਪਰ ਉਹ ਬਾਬਾ ਨੌਰ ਸਿੰਘ ਦੀ ਸੀ। ਹਾਂਜੀ, ਜਿੱਥੇ ਹਰ ਬੱਸ ਹਰ ਗੱਡੀ ਹਰ, ਹਾਂਜੀ ਮੈਨੂੰ ਪਤਾ ਹੈ ਜੀ, ਦਰਸ਼ਨ ਕੀਤੇ ਹੈਗੇ ਆ। ਇੱਕ ਫੁਰਲਾਂਗ ਲਹਿੰਦੇ ਵੱਲ ਬਾਬਾ ਦੀਪ ਸਿੰਘ ਦੀ ਜਗ੍ਹਾ, ਹਾਂਜੀ ਹਾਂਜੀ, ਉੱਥੋਂ ਲੜਦੇ ਲੜਦੇ ਜਦੋਂ ਪਹੁੰਚੇ ਆ 30 ਮਿੰਟ ਦਰਵਾਜੇ ਹੋਣ ਇਹਨਾਂ ਨਵਾਂ ਗੁਰਦੁਆਰਾ ਜਿਹੜਾ ਤੁਹਾਨੂੰ ਦਿਖਾਇਆ ਹੋਊਗਾ, ਹਾਂਜੀ ਸ਼ਹੀਦਾਂ ਦਾ, ਸ਼ਹੀਦਾਂ ਦਾ ਜੀ। ਅੱਛਾ ਅੱਜ ਤੋਂ ਮਤਲਬ ਕਿ 50-50 ਦੇ ਵਿੱਚ ਜਿਹੜੀਆਂ ਤਸਵੀਰਾਂ ਸੀਗੀਆਂ ਆਰਟਿਸਟ ਜਿਹੜੇ ਬਣਾਉਂਦੇ ਸੀਗੇ, ਹਾਂਜੀ ਉਹ ਦਿਖਾਉਂਦੇ ਸੀ ਕਿ ਬਾਬਾ ਦੀਪ ਸਿੰਘ ਦਾ ਤੇ ਹੱਥ ਦੇ ਉੱਤੇ ਸਿਰ ਨਹੀਂ ਹੁੰਦਾ, ਉਹਨਾਂ ਖੱਬਾ ਹੱਥ ਜਿਹੜਾ ਸੀ, ਹਾਂਜੀ ਹਾਂਜੀ, ਉਹ ਸੀਸ ਨੂੰ ਢਾਸ ਨਾ ਦੇ ਕੇ ਲੜਦੇ ਲੜਦੇ ਉੱਥੇ ਤੱਕ ਪਹੁੰਚੇ ਸੀ ਜੀ ਜੀ। ਇਹ ਮੈਂ ਇਹ ਕ੍ਰਿਟੀਸਾਈਜ਼ ਨਹੀਂ ਕਰਦਾ, ਮੈਂ ਖਿਮਾਂ ਦਾ ਜਾ ਕੇ ਗਿਆ ਤੁਹਾਡੇ ਸਾਧ ਸੰਗਤ ਕੋਲ ਵੀ, ਤੁਹਾਡੇ ਕੋਲੋਂ ਜੀ, ਕਿ ਇਹ ਸਾਡੇ ਆਰਟਿਸਟ ਜਿਹੜੇ ਆ ਇਹ ਥੋੜੀਆਂ ਜਿਹੀਆਂ ਸਾਡੇ ਗੁਰੂ ਸਿੱਖ ਇਤਿਹਾਸ ਨੂੰ ਥੋੜਾ ਅਦਲਾ ਬਦਲੀ ਕਰਦੇ ਰਹਿੰਦੇ ਨੇ, ਹਾਂਜੀ ਵੈਸੇ ਚਲੋ ਠੀਕ ਆ, ਪਰ ਸਾਡੇ ਬੱਚੇ ਜਿਹੜੇ ਆ ਉਹ ਫਿਰ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ। ਇਦਾਂ ਅਸੀਂ ਇਨਕਾਰੀ ਹੁੰਦਿਆਂ ਹੁੰਦਿਆਂ ਪਤਾ ਨਹੀਂ ਅਸੀਂ ਕਿੱਥੇ ਤੱਕ ਪਹੁੰਚਾ ਦੇਵਾਂਗੇ, ਸੋ ਸਾਨੂੰ ਉਹਨਾਂ ਨੂੰ ਸਮਝਾਉਣਾ ਬੜਾ ਮੁਸ਼ਕਲ ਹੋ ਜਾਂਦਾ ਜੀ ਜੀ ਜੀ। ਸੋ ਅਸੀਂ ਕੋਸ਼ਿਸ਼ ਕਰੀਏ, ਬਾਣੀ ਨਾਲ ਜੁੜਨਗੇ, ਬਾਣੀ ਦੀ ਉਸ ਤਾਕਤ ਨਾਲ ਜੁੜਨਗੇ, ਜਿਹੜੀ ਹੁਣ ਇੱਕ ਬੀਬੀ ਜੀ ਨੇ ਵੀ ਤੇ ਹੋਰ
ਭਾਈ ਸਾਹਿਬ ਤੋਂ ਕੈਲੀਫੋਰਨੀਆ ਦੱਸੀ ਆ ਕਿ ਸਾਡੀਆਂ ਜਿੰਨੀਆਂ ਇਤਿਹਾਸਿਕ ਯਾਦਗਾਰਾਂ ਹੈਗੀਆਂ ਸਾਡੇ ਉਹ ਪਹਿਲੇ ਉਹ ਸੰਤ ਕਮਲੀ ਵਾਲੇ ਹੁੰਦੇ ਸੀਗੇ, ਹੁਣ ਬਾਬਾ ਹਰਬੰਸ ਸਿੰਘ ਹੋਣੀ ਨੇ, ਅਸੀਂ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਔਰ ਅਸੀਂ ਉਚੇਚੇ ਤੌਰ ਦੇ ਉੱਤੇ ਧੰਨਵਾਦੀ ਹਾਂ ਸਰਦਾਰ ਜੀਤ ਸਿੰਘ ਸਹੰਸਰਾ ਦੇ, ਸਰਦਾਰ ਮੋਹਨ ਸਿੰਘ ਸਹੰਸਰਾ ਜਿਨ੍ਹਾਂ ਦਾ ਈਮੇਲ ਐਡਰੈਸ ਹੈ sbdsny@yahoo.com ਦੇ ਉੱਤੇ ਔਰ ਜਿਨ੍ਹਾਂ ਦਾ ਟੈਲੀਫੋਨ ਨੰਬਰ ਵੀ ਆਪ ਨੂੰ ਦੇਣਾ ਚਾਹਵਾਂਗੇ 516-733-3838 5167333838 ਸ਼ਹੀਦ ਬਾਬਾ ਦੀਪ ਸਿੰਘ ਸੁਸਾਇਟੀ ਆਫ ਨਿਊਯਾਰਕ 32 ਟਰਾਂਸੈਂਡ ਲੇਨ ਹਿਕਸਵਿਲ ਨਿਊਯਾਰਕ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਔਰ ਉਸ ਮਹਾਨ ਸ਼ਹੀਦ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਆਪ ਨੂੰ ਉਚੇਚੇ ਤੌਰ 'ਤੇ ਬੇਨਤੀ ਹੈ ਕਿ ਤੁਸੀਂ ਸਾਨੂੰ ਈਮੇਲ ਕਰਕੇ lamba@jaspunjabi.com ਜਾਂ info@jaspunjabi.com ਜਾਂ ਸਾਨੂੰ ਖਤ ਪਾ ਕੇ ਦੱਸਣਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ। ਅਗਲੇ ਹਫ਼ਤੇ ਇਸੇ ਵੇਲੇ ਇਸੇ ਟਾਈਮ 8:30 ਈਸਟਰਨ ਟਾਈਮ ਅਸੀਂ ਬੁੜ ਆਪ ਦੀ ਸੇਵਾ ਵਿੱਚ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।